इस वीडियो को लाइक करें हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए ਸਲਾਮ ਵਾਲੇਕਮ ਨਾਜ਼ਰੀਨ ਮੈਂ ਤੁਹਾਡਾ ਹੋਸਟ ਆਰ ਕੇ ਰਜ਼ਾਕ ਤੁਸੀਂ ਵੇਖ ਰਹੇ ਹੋ ਆਪਣਾ ਰੰਗ ਟੀਵੀ ਸੋ ਪਿਆਰੇ ਨਾਜ਼ਰੀਨ ਅੱਜ ਅਸੀਂ ਥੋੜਾ ਜਿਆਦਾ ਸੀਰੀਅਸ ਟਾਪਿਕ ਤੇ ਗੱਲ ਕਰਾਂਗੇ ਅੱਜ ਅਸੀਂ ਆਪਣੇ ਮੁਲਕ ਪਾਕਿਸਤਾਨ ਆਸਤੇ ਗੱਲ ਕਰਾਂਗੇ ਅਸੀਂ ਆਪਣੇ ਮੁਲਕ ਪਾਕਿਸਤਾਨ ਦੇ ਉਹ ਨੌਜਵਾਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੇ ਅਸੀਂ ਕਰਜ਼ਦਾਰ ਆਂ ਔਰ ਪਿਆਰੇ ਨਾਜ਼ਰੀਨ ਜਿਹੜੇ ਸਾਡੇ ਬਜ਼ੁਰਗ ਜਿਹੜੇ ਸਾਡੇ ਜਵਾਨ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਲਹੂ ਦੀਆਂ ਕੁਰਬਾਨੀਆਂ ਦਿੱਤੀਆਂ ਇਸ ਮੁਲਕੇ ਪਾਕਿਸਤਾਨ ਵਾਸਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਬਾਰੇ ਔਰ ਉਹਨਾਂ ਦਾ ਜ਼ਿਕਰ ਕਰਾਂਗੇ ਔਰ ਉਹਨਾਂ ਦੇ ਬਾਰੇ ਤੁਹਾਨੂੰ ਅਸੀਂ ਮਾਲੂਮਾਤ ਦੇਾਂਗੇ ਸੋ ਉਸ ਤੋਂ ਪਹਿਲੇ ਨਾਜ਼ਰੀਨ ਸਾਡਾ ਚੈਨਲ ਆਪਣਾ ਰੰਗ ਟੀਵੀ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਿਉਂਕਿ ਐ ਤੁਹਾਡੀ ਮੁਹੱਬਤ ਨਾਲ ਹੀ ਔਰ ਤੁਹਾਡਾ ਪਿਆਰ ਜਿਸ ਤਰ੍ਹਾਂ ਇਹਨੂੰ ਮਿਲੇਗਾ ਇਸ ਚੈਨਲ ਨੂੰ ਉਸੇ ਤਰ੍ਹਾਂ ਇਨਸ਼ਾਅੱਲਾ ਤੁਹਾਨੂੰ ਮਜ਼ੀਦ مختلف ਲੋਕੇਸ਼ਨਾਂ ਔਰ مختلف ਤੁਹਾਨੂੰ ਮਾਲੂਮਾਤ ਅਸੀਂ ਇਸ ਚੈਨਲ ਦੇ ਜ਼ਰੀਏ ਦਿਆਂਗੇ ਸੋ ਪਿਆਰੇ ਨਾਜ਼ਰੀਨ ਸ਼ੁਰੂ ਕਰਨੇ ਆ ਅਸੀਂ ਉਹ ਆਪਣੇ ਜਿਹੜਾ ਤੁਹਾਡੇ ਨਾਲ ਡਿਸਕਸ ਕਰਨਾ ਚਾਹ ਰਹੇ ਹਾਂ ਪਿਆਰੇ ਨਾਜ਼ਰੀਨ ਅੱਜ ਅਸੀਂ ਮੁਲਕ ਪਾਕਿਸਤਾਨ ਦੇ ਵਿੱਚ ਜਿਹੜੀ ਅਸੀਂ ਆਜ਼ਾਦੀ ਦੀ ਸਾਹਸ ਲੈ ਰਹੇ ਹਾਂ ਅਸੀਂ ਜਿਹੜਾ ਸਾਡਾ ਆਜ਼ਾਦੀ ਦਾ ਇੱਕ ਅਸੀਂ ਬੜਾ ਖੁਸ਼ਹਾਲ ਆਪਣੇ ਆਪ ਨੂੰ ਫੀਲ ਕਰ ਰਹੇ ਹਾਂ ਕੰਫਰਟੇਬਲ ਫੀਲ ਕਰ ਰਹੇ ਹਾਂ ਇਹ ਸਿਰਫ ਉਹ ਸਾਡੇ ਬਜ਼ੁਰਗ ਉਹ ਸਾਡੇ ਨੌਜਵਾਨ ਉਹ ਸਾਡੇ ਹੀਰੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਆਪ ਸਾਡੇ ਮੁਲਕ ਪਾਕਿਸਤਾਨ ਨੂੰ ਆਜ਼ਾਦ ਕਰਵਾਇਆ پاکستان ਦਾ ਮਤਲਬ ਕੀ ਆ ਲਾ ਇਲਾਹਾ ਇਲਾ ਲਾ ਮੁਹੰਮਦ ਅਰ ਰਸੂਲ ਲਾ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਮੁਲਕ ਪਾਕਿਸਤਾਨ ਨੂੰ ਹਾਸਲ ਕੀਤਾ ਔਰ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਹਰ ਚੀਜ਼ ਹਰ ਕੰਮ ਆਪਣੀ ਮਰਜ਼ੀ ਨਾਲ ਕਰ ਸਕੀਏ ਔਰ ਆਜ਼ਾਦੀ ਨਾਲ ਅਸੀਂ ਆਪਣੇ ਮੁਲਕ ਪਾਕਿਸਤਾਨ ਦੇ ਵਿੱਚ ਫਿਰ ਸਕੀਏ ਨਾਜ਼ਰੀਨ ਅੱਜ ਅਸੀਂ ਜਿਹੜੇ ਮਕਾਮ ਤੇ ਮੌਜੂਦ ਆ ਅਸੀਂ ਇਸ ਟਾਈਮ ਬਰਕੀ ਰੋਡ ਤੇ ਰਾਜਾ ਮੇਜਰ ਅਜੀਜ਼ ਪੱਟੀ ਸਾਹਿਬ ਦੇ ਜਿਹੜੀ ਸ਼ਹਾਦਤਗਾਹ ਹੈ ਅਸੀਂ ਉੱਥੇ ਮੌਜੂਦ ਹਾਂ ਜਿੱਥੇ ਉਹਨਾਂ ਨੇ ਜ਼ਖਮੀ ਹੋ ਕੇ ਤੇ ਜ਼ਮੀਨ ਤੇ ਤਸ਼ਰੀਫ ਲਿਆ ਹੈ ਜੰਗ ਲੜਦੇ ਲੜਦੇ ਸਨ 1965 ਦੀ ਜੰਗ ਔਰ 6 ਸਤੰਬਰ ਸੀ ਉਹਨਾਂ ਦਾ ਇਹ ਵਾਕਿਆ ਸੀ ਔਰ ਬਾਕੀ ਮਾਲੂਮਾਤ ਜਿਹੜੀ ਹੈ ਉਹ ਅਸੀਂ ਤੁਹਾਨੂੰ ਅੰਦਰ ਜਾ ਕੇ ਦਿੰਨੇ ਆਂ ਨਾਜ਼ਰੀਨ ਬਰਕੀ ਦੀ ਉਹ ਨਹਿਰ ਐ ਵੀ ਇੱਕ ਤਰੀਖੀ ਨਹਿਰ ਹੈ ਔਰ ਇੱਥੇ ਸਾਡੀ ਜਿਹੜੀ ਪਾਕਿਸਤਾਨ ਆਰਮੀ ਹੈ ਜਿਹੜੀ ਸਾਡੀ ਪਾਕਿਸਤਾਨ ਦੀ ਫੌਜ ਹੈ ਉਹ ਇਸ ਬਰਕੀ ਜਿਹੜੀ ਨਹਿਰ ਹੈ ਇਹਨੂੰ ਬੀਆਰਬੀ ਨਹਿਰ ਵੀ ਕਿਹਾ ਜਾਂਦਾ ਹੈ ਠੀਕ ਹੈ ਅ ਬਰਕੀ ਦੀ ਨਹਿਰ ਜਿਹਦੇ ਆਰ ਪਾਰ ਦੁਸ਼ਮਣ ਦੀ ਫੌਜ ਔਰ ਆਪਣੇ ਸਾਈਡ ਵਾਲ ਆਪਣੀ ਆਰਮੀ ਪਾਕਿਸਤਾਨ ਆਰਮੀ ਸੀ ਔਰ ਅਗਰ ਇਹ ਨਹਿਰ ਪਾਰ ਹੋ ਜਾਂਦੀ ਤੇ ਫਿਰ ਸ਼ਾਇਦ ਲਾਹੌਰ ਜਿਹੜਾ ਉਹ ਵੀ ਅਸੀਂ ਗਵਾ ਬੈਠਣਾ ਸੀ ਲੇਕਿਨ ਮੇਜਰ ਅਜ਼ੀਜ਼ ਪੱਟੀ ਸਾਹਿਬ ਨੇ ਹੌਸਲੇ ਦਾ ਆਪਣੀ ਤਾਕਤ ਦਾ ਮਜ਼ਾਹਰਾ ਕਰਦਿਆਂ ਹੋਇਆਂ ਉਹਨਾਂ ਨੇ ਇਹ ਨਹਿਰ ਪਾਰ ਨਹੀਂ ਕਰਨ ਦਿੱਤੀ ਦੁਸ਼ਮਣ ਨੂੰ ਔਰ ਦੁਸ਼ਮਣ ਨੂੰ ਇਸ ਚੀਜ਼ ਦਾ ਅਹਿਸਾਸ ਦਿਲਾਇਆ ਮੇਜਰ ਅਜ਼ੀਜ਼ ਪੱਟੀ ਸਾਹਿਬ ਨੇ ਜੋ ਅਕਲ ਦਾ ਮਜ਼ਾਹਿਰਾ ਕੀਤਾ ਜ਼ਹਾਨਤ ਦਾ ਔਰ ਜੋ ਉਹਨਾਂ ਨੇ ਅچھے ਤਰੀਕੇ ਨਾਲ ਉਸ ਸਿਚੁਏਸ਼ਨ ਨੂੰ ਹੈਂਡਲ ਕੀਤਾ ਐਸੀ ਫਕਰ ਨਾਲ ਕਵਾਂਗੇ ਕਿ ਦੁਸ਼ਮਣ ਕੋਲ ਫੌਜ ਚਾਹੇ ਹਜ਼ਾਰਾਂ ਲੱਖਾਂ ਦੀ ਤਦਾਦ ਨਾਲ ਉਹ ਤੋਂ ਜ਼ਿਆਦਾ ਸੀ ਲੇਕਿਨ ਹੌਸਲਾ ਔਰ ਹਿੰਮਤ ਐ ਸਾਡੀ ਆਰਮੀ ਕੁਲ ਸੀ ਸਾਡੇ ਜਿਹੜੇ ਨੌਜਵਾਨ ਸਨ ਉਹਨਾਂ ਕੋਲ ਹਿੰਮਤ ਉਹਨਾਂ ਤੋਂ ਜ਼ਿਆਦਾ ਹਜ਼ਾਰ ਗੁਣਾ ਜ਼ਿਆਦਾ ਸੀ ਜਿਸ ਹਿੰਮਤ ਦੇ ਤਹਿਤ ਉਹਨਾਂ ਨੇ ਔਰ ਦੁਸ਼ਮਨ ਦੀ ਫੌਜ ਇਸ ਤਰ੍ਹਾਂ ਤੋੜਾਈ ਕਿ ਉਹ ਕੰਡ ਵਹਾ ਕੇ ਦੌੜ ਗਏ ਮਜ਼ੀਦ ਅਸੀਂ ਹੁਣ ਤੁਹਾਨੂੰ ਲੈ ਕੇ ਚੱਲਨੇ ਆ ਰਾਜਾ ਮੇਜਰ ਅਜੀਜ਼ ਪੱਟੀ ਸਾਹਿਬ ਦੇ ਬਾਕੀ ਡਿਸਕਸ ਅਸੀਂ ਉੱਥੇ ਕਰਾਂਗੇ ਤੇ ਮਾਲੂਮਾਤ ਤੁਹਾਨੂੰ ਦੇਾਂਗੇ ਦੀ ਨਾਜ਼ਰੇ ਰਾਜਾ ਮੇਜਰ ਅਜੀਜ਼ ਪੱਟੀ ਸਾਹਿਬ ਇਹਨਾਂ ਦੇ ਉਹਨਾਂ ਦੀ ਤਸਵੀਰ ਹੈ ਔਰ ਇਹ ਉਹਨਾਂ ਦੀ ਸ਼ਹਾਦਤਗਾਹ ਹੈ ਔਰ ਇਹ مزید ਮੇਜਰ ਅਜੀਜ਼ ਪੱਟੀ ਸਾਹਿਬ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਸਾਡੇ ਪਾਕਿਸਤਾਨ ਆਰਮੀ ਦੇ ਜਿਹੜੇ ਜਵਾਨ ਜਿਨ੍ਹਾਂ ਨੇ ਮੁਲਕ ਪਾਕਿਸਤਾਨ ਵਾਸਤੇ ਆਪਣੀ ਜਾਨ ਦੇ ਨਜ਼ਰਾਨੇ ਦਿੱਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆ ਉਹਨਾਂ ਦੇ ਨਾਂ ਨੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ক্লোਜ਼ ਕਰਕੇ ਵਖਾ ਦੇਾਂਗੇ ਤਾਂ ਮੇਜਰ ਅਜੀਜ਼ ਪੱਟੀ ਸਾਹਿਬ ਇਹ ਉਹਨਾਂ ਦੀ ਤਸਵੀਰ ਹੈ ਔਰ ਇਹ ਨਾਜ਼ਰੀਨ ਇੱਥੇ ਇੱਕ ਟਾਲੀ ਦਾ ਦਰਖਤ ਹੁੰਦਾ ਸੀ ਜਿਹੜਾ ਕਿ ਤੇ ਇੱਥੇ ਟਾਲੀ ਦਾ ਇੱਕ ਦਰਖਤ ਹੁੰਦਾ ਸੀ ਜਿਸ ਦਰਖਤ ਦੇ ਨਾਲ ਮੇਜਰ ਅਜੀਜ਼ ਪੱਟੀ ਸਾਹਿਬ ਜਦੋਂ ਜ਼ਖਮੀ ਹਾਲਤ ਦੇ ਵਿੱਚ ਜ਼ਮੀਨ ਤੇ ਆਏ ਨੇ ਤੇ ਉਹ ਦਰਖਤ ਦੇ ਨਾਲ ਉਹਨਾਂ ਨੇ ਟੇਕ ਲਈ ਹੈ ਮੇਜਰ ਅਜੀਜ਼ ਪੱਟੀ ਸਾਹਿਬ ਨੇ ਔਰ ਸਨ 1965 ਦੀ ਜੰਗ ਔਰ ਤਰੀਕ 6 ਸਤੰਬਰ ਦਾ ਵਾਕਿਆ ਔਰ ਇਹ ਮੇਜਰ ਅਜੀਜ਼ ਪੱਟੀ ਸਾਹਿਬ ਦਾ ਇਹ ਸਾਰਾ ਮਜ਼ਾਰ ਹੈ ਉਹਨਾਂ ਦੀ ਸ਼ਹਾਦਤਗਾ ਹੈ ਔਰ ਇਹ ਉਹਨਾਂ ਦੀ ਹਿਸਟਰੀ ਹੈ ਅਸੀਂ ਇਹ ਤੁਹਾਨੂੰ ਵੀਡੀਓ ਦੇ ਵਿੱਚ ক্লোਜ਼ ਕਰਕੇ ਵਿਖਾ ਦੇਾਂਗੇ ਤਾਂ ਕਿ ਤੁਸੀਂ ਵੀਡੀਓ ਕਲਿੱਕ ਕਰਕੇ ਤੇ ਇਹਨੂੰ ਤੁਸੀਂ ਪੜ ਸਕੋ ਸੋ ਨਾਜ਼ਰੀਨ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਆ ਕਿ ਮੁਲਕ ਪਾਕਿਸਤਾਨ ਕਿਸ مشکلات ਦਾ ਸਾਹਮਣਾ ਕਰਕੇ ਕਿਸ ਪਰੇਸ਼ਾਨੀਆਂ ਨੂੰ ਜਿਹੜਾ ਕਰਾਸ ਕਰਕੇ ਔਰ ਕਿਨ-ਕਿਨ ਕੁਰਬਾਨੀਆਂ ਦੇ ਨਾਲ ਇਹ ਮੁਲਕ ਪਾਕਿਸਤਾਨ ਹਾਸਲ ਕੀਤਾ ਲਹਾਜ਼ਾ ਸਾਡੇ ਆਸਤੇ ਮਜ਼ਾਕ ਬਣ ਗਿਆ ਮੈਂ ਰਿਕਵੈਸਟ ਕਰਾਂਗਾ ਉਹ ਆਪਣੇ ਦੋਸਤਾਂ ਨੂੰ ਉਹ ਆਪਣੇ ਭਾਈਆਂ ਨੂੰ ਸੌਰੀ ਬਟ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਜਿਹੜੇ ਲੋਕ ਆਜ਼ਾਦੀ ਮਨਾਉਂਦੇ ਨੇ ਬਾਈਕ ਦੇ ਸਲੰਸਰ ਉਤਾਰ ਕੇ ਔਰ ਸ਼ੋਰ ਸ਼ਰਾਬੇ ਕਰਕੇ ਬੇਸਿਕ ਆਜ਼ਾਦੀ ਮਨਾਉਣ ਦਾ ਤਰੀਕਾ ਨਹੀਂ ਆਜ਼ਾਦੀ ਮਨਾਉਣ ਦਾ ਤਰੀਕਾ ਕਿ ਉਹ ਜਿਹੜੇ ਸਾਡੇ ਸ਼ਹੀਦ ਨੇ ਉਹ ਸਾਡੀ ਫੈਮਿਲੀ ਦਾ ਹਿੱਸਾ ਨੇ ਬਲਕਿ ਸਾਡੇ ਉਹ ਜਾਨ ਦਾ ਹਿੱਸਾ ਨੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਖਤਮ ਦਿਲਾਈਏ ਅਸੀਂ ਉਹਨਾਂ ਦੀ ਯਾਦ ਤਾਜ਼ਾ ਕਰੀਏ ਔਰ ਅਸੀਂ ਅچھے ਤਰੀਕੇ ਨਾਲ ਅਸੀਂ ਆਪਣੇ ਘਰਾਂ ਨੂੰ ਸਜਾਈਏ ਆਪਣੇ ਮੁਲਕ ਨੂੰ ਸਜਾਈਏ ਤੇ ਨਾਜ਼ਰੀਨ ਸਾਡਾ ਜਿਹੜਾ ਮੁਲਕ ਪਾਕਿਸਤਾਨ ਹੈ ਬਹੁਤ ਕੁਰਬਾਨੀਆਂ ਤੋਂ ਬਾਅਦ ਇਹ ਸਾਨੂੰ ਮਿਲਿਆ ਔਰ ਅਸੀਂ ਹਾਸਲ ਕੀਤਾ ਔਰ ਇਦਾਂ ਜਿਹੜਾ ਇਹਨੂੰ ਮੁਲਕ ਪਾਕਿਸਤਾਨ ਨੂੰ ਇੱਕ ਮੁਲਕ ਨਾ ਸਮਝੋ ਇਹ ਸਾਡਾ ਘਰ ਹੈ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਏ ਸਾਨੂੰ ਇਹਦੀ ਵੈਲਿਊ ਦਾ ਪਤਾ ਹੋਣਾ ਚਾਹੀਦਾ ਸਾਨੂੰ ਜਿਹੜੇ ਸਾਡੇ ਸ਼ਹੀਦ ਜਵਾਨ ਨੇ ਉਹਨਾਂ ਦੀ ਵੈਲਿਊ ਦਾ ਪਤਾ ਹੋਣਾ ਚਾਹੀਦਾ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਸੋ ਨਾਜ਼ਰੀਨ ਅਸੀਂ ਤੁਹਾਨੂੰ ਜਿਹੜਾ ਵਿਜ਼ਿਟ ਕਰਾਇਆ ਮੇਜਰ ਅਜੀਜ਼ ਪੱਟੀ ਸਾਹਿਬ ਦਾ ਜਿਹੜਾ ਸ਼ਹਾਦਤਗਾਹ ਹੈ ਇੱਥੇ ਉਹ ਜਿਹੜੇ ਨੇ ਆਨ ਕੇ ਜਦੋਂ ਜ਼ਖਮੀ ਹਾਲਤ ਦੇ ਵਿੱਚ ਡਿੱਗੇ ਨੇ ਇੱਥੇ ਟਾਲੀ ਦੇ ਦਰਖਤ ਦੇ ਨਾਲ ਉਹਨਾਂ ਨੇ ਆਪਣੇ ਸਾਹ ਲਏ ਨੇ ਔਰ ਆਪਣੀ ਆਖਰੀ ਸਾਹ ਦੇ ਤੱਕ ਉਹ ਦੁਸ਼ਮਣ ਦੇ ਨਾਲ ਲੜਦੇ ਰਹੇ ਨੇ ਇਹ ਜਿਹੜਾ ਅਸੀਂ ਤੁਹਾਨੂੰ ਨਾਜ਼ਰਿਨ ਮਕਾਮ ਵਖਾਇਆ ਹੈ ਰਾਜਾ ਮੇਜਰ ਅਜੀਜ਼ ਪੱਟੀ ਸਾਹਿਬ ਦਾ ਸ਼ਹਾਦਤਗਾ ਹੈ ਸੋ ਨਾਜ਼ਰਿਨ ਅਸੀਂ ਹੁਣ ਚੱਲਨੇ ਆਂ ਜਿਹੜੇ ਇੱਕ ਸਾਡੇ ਦੋਸਤ ਨੇ ਸਾਡੇ ਮੁਲਕੇ ਪਾਕਿਸਤਾਨ ਵਾਸਤੇ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਸ਼ਹੀਦ ਦੇ ਅਸੀਂ ਫੈਮਿਲੀ ਦੇ ਨਾਲ ਜਾ ਕੇ ਮਿਲਾਂਗੇ ਔਰ ਉਹਨਾਂ ਕੋਲੋਂ ਜਾ ਕੇ مزید ਮਾਲੂਮਾਤ ਕਰਾਂਗੇ ਇਹ ਸਭ ਗੱਲਾਂ ਅਸੀਂ ਕਰਾਂਗੇ ਉਹਨਾਂ ਦੇ ਨਾਲ ਔਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਔਰ ਸਾਡੇ ਨਾਲ ਰਹਿਣਾ ਔਰ ਵੇਖਦੇ ਰਹਿਣਾ ਆਪਣਾ ਰੰਗ ਟੀਵੀ